ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ 2 ਤਰੀਕ ਨੂੰ 2 ਜਨਵਰੀ ਨੂੰ ਕਿਸਾਨ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ 26 ਜਨਵਰੀ ਨੂੰ ਦਿੱਲੀ 'ਚ ਕਿਸਾਨ ਪਰੇਡ ਕੀਤੀ ਜਾਊਗੀ, ਭਾਵੇਂ ਮਤਲਬ 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਵਸ ਹੁੰਦਾ ਉਸ ਦਿਨ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਜਿਹੜੀ ਮੁਲਕ ਦੀ ਜੋ ਇਹ ਗਣਤੰਤਰ ਦੀ ਪਰੇਡ ਹੁੰਦੀ ਆ ਉਹਦੇ ਬਰਾਬਰ ਕਿਸਾਨ ਪਰੇਡ ਕਰਨਗੇ। ਅਤੇ ਬੜਾ ਸਾਫ਼ ਉਹਦੀ ਇੱਕ ਇੰਟਰਪ੍ਰਿਟੇਸ਼ਨ ਸਾਫ਼ ਇਹ ਸੀਗੀ ਲੋਕਾਂ ਦੀ ਕਿ ਅਸੀਂ ਦਿੱਲੀ ਜਾਣਾ। ਜਦੋਂ ਅਸੀਂ 26 ਨਵੰਬਰ ਦੀ ਕਾਲ ਲੈ ਕੇ ਵੀ ਤੁਰੇ ਸੀਗੇ ਉਦੋਂ ਵੀ ਇਹ ਸਾਫ਼ ਸਾਫ਼ ਸੀਗਾ ਕਿ ਅਸੀਂ ਦਿੱਲੀ ਚੱਲੇ ਹਾਂ, ਕਿ ਦਿੱਲੀ ਮੁਲਕ ਦੀ ਰਾਜਧਾਨੀ 'ਚ ਆਪਦੀ ਆਵਾਜ਼ ਬੁਲੰਦ ਕਰਨ ਚੱਲੇ ਹਾਂ। ਪਰ ਜਿਵੇਂ ਜਿਵੇਂ 26 ਤਰੀਕ ਨੇੜੇ ਆ ਰਹੀ ਆ, ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਵੱਲੋਂ ਇਸ 'ਤੇ ਵਾਰ ਵਾਰ ਬਿਆਨਬਾਜ਼ੀ ਕੀਤੀ ਜਾ ਰਹੀ ਆ ਕਿ 26 ਜਨਵਰੀ ਦੇ ਮਾਇਨੇ ਕੀ ਨੇ, ਮਤਲਬ ਕੀ ਨੇ, ਉਹਨੂੰ ਬਦਲਣ ਦੀ ਬੜੀ ਕੋਸ਼ਿਸ਼ ਜੀ ਕੀਤੀ ਜਾ ਰਹੀ ਆ। ਅੱਜ ਇੱਕ ਜਿਹੜਾ ਇਹਨਾਂ 'ਚ ਮੈਨੂੰ ਲੱਗਦਾ ਸ਼ਾਇਦ ਸਭ ਤੋਂ ਬੜੇ ਚਿਹਰਿਆਂ 'ਚ ਹੈ ਵੱਡਾ ਲੀਡਰ ਆ, ਉਹਦਾ ਇੱਕ ਪੰਜਾਬੀ ਟ੍ਰਿਬਿਊਨ 'ਚ ਅੱਜ ਇੱਕ ਲੇਖ ਛਪਿਆ ਜਿਹ 'ਚੋਂ ਗੱਲ ਕਰ ਰਹੇ ਨੇ ਕਿ ਕਿਸਾਨ ਦਿੱਲੀ 'ਚ ਨਹੀਂ, ਦਿੱਲੀ ਦੇ ਬਾਹਰ, ਦਿੱਲੀ ਦੀਆਂ ਸਰਹੱਦਾਂ 'ਤੇ ਪਰੇਡ ਕਰਨਗੇ। ਕੱਲ੍ਹ ਅਤੇ ਪਰਸੋਂ ਤੋਂ ਮਤਲਬ ਲਗਾਤਾਰ ਦੇਖ ਰਹੇ ਹਾਂ ਸਟੇਜ ਤੋਂ ਵੀ ਇਸ ਕਿਸਮ ਦੀ ਬਿਆਨਬਾਜ਼ੀ ਨੇ ਲਗਾਤਾਰ ਜ਼ੋਰ ਫੜਿਆ ਹੋਇਆ ਕਿ ਯਾਰ ਜਿਹੜੇ ਲੋਕ ਇਹ ਬੋਲ ਰਹੇ ਨੇ ਕਿ ਅਸੀਂ ਜੀ ਲਾਲ ਕਿਲੇ 'ਤੇ ਜਾਣਾ, ਜਾਂ ਜਿਹੜੇ ਕਹਿ ਰਹੇ ਨੇ ਕਿ ਵੀ ਦੇਖੋ ਅਸੀਂ ਇੰਡੀਆ ਗੇਟ ਜਾਣਾ ਜਾਂ ਪਾਰਲੀਮੈਂਟ ਜਾਣਾ, ਕਿ ਯਾਰ ਉਹ ਇਹੋ ਜਿਹੇ ਬਿਆਨ ਨਾ ਦੇਣ, ਉਹ ਗਲਤ ਭੜਕਾਊ ਬਿਆਨ ਦੇ ਰਹੇ ਨੇ, ਤਾਂ ਆਪਾਂ ਇਹ ਸਾਫ਼ ਕਰ ਲਈਏ ਕਿ ਯਾਰ ਜਿਹੜੇ ਬਿਆਨ ਨੇ ਇਹ ਕੁੱਲ ਰੂਪ 'ਚ ਨੌਜਵਾਨਾਂ ਦਾ ਜਿਹੜਾ ਹੁਣ ਤੱਕ ਦਾ ਜੋਸ਼ ਆ ਇਹ ਉਹਦੇ ਤੋਂ, ਚਾਹੇ ਆਪਾਂ ਘਬਰਾਹਟ 'ਚ ਕਹਿ ਲਈਏ ਜਾਂ ਜਿਹੜਾ ਕੁੱਲ ਰੂਪ 'ਚ ਪੰਜਾਬ ਹਰਿਆਣੇ ਤੋਂ ਲੋਕਾਂ ਦਾ ਜੋ ਮਤਲਬ ਜਿਹਨੂੰ ਕਹੀ ਲੋਕ ਲਹਿਰ ਬਣ ਕੇ ਜੋ ਅਬਾਲਾ ਮਾਰ ਰਿਹਾ ਲੋਕਾਂ ਦਾ, ਇਹ ਉਹਦੇ ਤੋਂ ਡਰਦੇ ਹੋਏ ਪਿੱਛੇ ਹਟਣ ਵਾਲੇ ਬਿਆਨਬਾਜ਼ੀ ਆ। ਇਸ ਕਿਸਮ ਦੀ ਬਿਆਨਬਾਜ਼ੀ ਦੀ ਕੋਈ ਥਾਂ ਨਹੀਂ ਹੈ। ਮਤਲਬ ਇੱਥੇ ਤੱਕ ਬਿਆਨਬਾਜ਼ੀ ਚਲੀ ਗਈ ਕਿ ਕੱਲ੍ਹ ਮਤਲਬ ਉਹੀ ਇੱਕ ਮਕਬੂਲ ਲੀਡਰ ਸਟੇਜ ਤੋਂ ਇਹ ਬੋਲ ਰਿਹਾ ਕਿ ਜਿਨ੍ਹਾਂ ਨੇ ਖਾਲਿਸਤਾਨ ਮੰਗਣਾ ਜਾ ਕੇ ਕਿਤੇ ਅਮਰੀਕਾ 'ਚੋਂ ਮੰਗ ਲੈਣ। ਇੱਥੇ ਕਿਹਨੇ ਖਾਲਿਸਤਾਨ ਮੰਗਿਆ ਕਿ ਹਲੇ ਇੱਥੇ ਕਿਸੇ ਨੇ ਕਿਹਨੇ ਇਹ ਗੱਲ ਕਰੀ ਆ ਕਿ ਖਾਲਿਸਤਾਨ ਚਾਹੀਦਾ? ਮਤਲਬ ਬੇਲੋੜਾ ਜਿਹੜੀ ਇਸ ਕਿਸਮ ਦੀ ਆਪਦੇ ਆਪ ਨੂੰ ਇਹ ਮਤਲਬ ਨੰਗਾ ਕਰਨ ਵਾਲੀ ਜਿਹੜੀ ਬੋਲੀ ਆ ਕਿ ਬੜੀ ਸਾਫ਼ ਜਿਹੀ ਗੱਲ ਆ, ਪੰਜਾਬ 'ਚ ਹਰੇਕ ਕਿਸਮ ਦੇ ਤੱਤ ਇੱਥੇ ਆਏ ਹੋਏ ਨੇ ਅਤੇ ਸਾਰੇ ਇਸ ਗੱਲ 'ਤੇ ਸਹਿਮਤ ਨੇ ਕਿ ਯਾਰ ਪੰਜਾਬ ਦੀ ਹੋਂਦ ਦਾ ਮਸਲਾ 3 ਕਿਸਾਨੀ ਬਿੱਲਾਂ ਨਾਲ ਜੁੜਿਆ ਹੋਇਆ ਅਤੇ ਅਸੀਂ ਅੱਜ ਦੀ ਘੜੀ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਹਰ ਕਿਸਮ ਦੇ ਪੰਜਾਬ ਦੇ ਅੰਦਰ ਵਿਚਰਨ ਵਾਲੇ ਲੋਕ ਇਹ ਲੜਾਈ 'ਚ ਸਾਂਝੇ ਨੇ, ਪਰ ਇੱਥੇ ਜਿਹੜੀ ਲੀਡਰਾਂ ਨੇ ਜਿਹੜਾ ਤਰੀਕਾ ਫੜਿਆ ਹੋਇਆ ਇਹ ਕਿਤੇ ਨਾ ਕਿਤੇ ਮਤਲਬ ਉਹ ਤੋਂ ਪਿੱਛੇ ਹਟਣ ਵਾਲਾ ਤਰੀਕਾ ਜੋ ਪਹਿਲਾਂ ਹੁਣ ਤੱਕ ਬੋਲਿਆ ਗਿਆ, ਅਤੇ ਖਾਸ ਤੌਰ 'ਤੇ ਉਦੋਂ ਜਦੋਂ ਮਤਲਬ ਕੱਲ੍ਹ ਨੂੰ ਤੁਹਾਡੀ ਕੇਂਦਰ ਨਾਲ ਮੀਟਿੰਗ ਆ, ਉਸ ਤੋਂ ਪਹਿਲਾਂ ਇਹੋ ਜਿਹੀ ਕਿਸਮ ਦੀ ਬਿਆਨਬਾਜ਼ੀ ਮਤਲਬ ਕੁੱਲ ਰੂਪ 'ਚ ਪ੍ਰੈਸ਼ਰ ਨੂੰ ਘਟਾਉਣ ਦਾ ਕੰਮ ਕਰ ਰਹੀ ਆ। ਮਤਲਬ ਬਹੁਤ ਸਾਫ਼ ਆ, 26 ਤਰੀਕ ਨੂੰ ਇਹ ਤੈਅ ਸੀਗਾ ਕਿ ਦਿੱਲੀ 'ਚ ਕਿਸਾਨ ਪਰੇਡ ਕਰਨਗੇ। ਦਿੱਲੀ ਦਾ ਮਤਲਬ ਹਰਿਆਣਾ ਨਹੀਂ ਹੁੰਦਾ, ਮਤਲਬ ਅਤੇ ਜਿਹੜਾ ਇਹ ਸਰਹੱਦਾਂ 'ਤੇ ਬਾਹਰ ਬਾਹਰ ਕਰਨ ਦੀ ਕੋਸ਼ਿਸ਼ ਆ ਇਹ ਠੀਕ ਨਹੀਂ ਹੈ। ਮਤਲਬ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਮਤਲਬ ਬਹੁਤ ਕਿਸਾਨਾਂ ਦੇ ਹਾਣ ਦੇ ਹੋ ਕੇ ਇੱਕ ਸਟੇਟਮੈਂਟ ਦਿੱਤੀ ਆ ਜਿਹ 'ਚ ਉਹਨਾਂ ਨੇ ਬੜਾ ਸਾਫ਼ ਸਾਫ਼ ਕਿਹਾ ਕਿ ਯਾਰ ਬਾਈ ਟਰੈਕਟਰ ਅਸੀਂ ਅਸੀਂ ਧੂਫ ਦੇਣ ਨੂੰ ਨਹੀਂ ਮੰਗਾ ਰਹੇ, ਜਾਂ ਤਾਂ ਸਾਨੂੰ ਰਾਹ ਛੱਡ ਦਿਓ ਬਾਈ, ਅਸੀਂ ਆਪੇ ਪਰੇਡ ਕਰ ਲਾਂਗੇ। ਜੇ ਇੱਥੇ ਬੈਰੀਕੇਡ ਲਾਏ ਜਾਣਗੇ ਤਾਂ ਬੈਰੀਕੇਡ ਪੱਟੇ ਵੀ ਜਾਣਗੇ। 2 ਤਰੀਕ ਦੀ ਜਿਹੜੀ ਕਾਨਫਰੰਸ ਜਿਹੜੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੀ ਗਈ ਸੀ ਜਿਹ 'ਚ ਰਾਜੇਵਾਲ ਹੁਰੀ ਵੀ ਬੈਠੇ ਸੀ, ਡਾਕਟਰ ਦਰਸ਼ਨਪਾਲ ਵੀ ਬੈਠੇ ਸੀ, ਗੁਰਨਾਮ ਸਿੰਘ ਚੜੂਨੀ ਬੈਠੇ ਸੀ, ਡੱਲੇਵਾਲ ਵੀ ਬੈਠਾ ਸੀ ਅਤੇ ਹੋਰ ਲੀਡਰ ਵੀ ਬੈਠੇ ਸੀ। ਉਹ 'ਚ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਕਿਵੇਂ ਜਾਓਗੇ ਅੱਗੇ, ਤਾਂ ਡਾਕਟਰ ਦਰਸ਼ਨਪਾਲ ਨੇ ਬਹੁਤ ਸੋਹਣਾ ਵਿਆਖਿਆ ਉਦੋਂ ਇੱਕ ਦਿੱਤਾ ਸੀ ਕਿ ਜਿਵੇਂ ਉਰੇ ਤੱਕ ਆਏ ਹਾਂ ਉਵੇਂ ਅੱਗੇ ਜਾਵਾਂਗੇ, ਅਤੇ ਉਰੇ ਤੱਕ ਅਸੀਂ ਕਿਸੇ IG ਦੀਆਂ ਕਿਸੇ ਪੁਲਿਸ ਵਾਲੇ ਦੀਆਂ ਮਿੰਨਤਾਂ ਕਰਕੇ ਨਹੀਂ ਆਏ ਹੈਗੇ। ਬੈਰੀਕੇਡ ਜਿੱਥੇ ਲੱਗੇ ਨੇ ਪੱਟ ਕੇ ਆਏ ਹਾਂ ਅਤੇ ਅੱਗੇ ਵੀ ਪੱਟ ਕੇ ਜਾਵਾਂਗੇ। ਤਾਂ ਕਿਸਾਨ ਲੀਡਰਾਂ ਨੂੰ ਸਾਡੀ ਅਪੀਲ ਆ ਕਿ ਐਵੇਂ ਦਬਣ ਦੀ ਲੋੜ ਨਹੀਂ ਹੈਗੀ ਕਿਸੇ ਅਮਿਤ ਸ਼ਾਹ ਦੀਆਂ ਘੁਰਕੀਆਂ ਤੋਂ, ਕਿਸੇ ਹੋਰ ਮਤਲਬ ਜੋ ਤੁਹਾਡੇ 'ਤੇ ਕੋਈ ਜਿਹੜੀ ਵੀ ਕਿਸਮ ਦਾ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ। ਮਤਲਬ ਇੱਕ ਪਹਿਲਾਂ ਵੀ ਗੱਲ ਆਈ ਸੀਗੀ ਯਾਰ ਵੀ ਪਤਾ ਨਹੀਂ ਕੋਈ ਕੇਸ ਪੈ ਜਾਣਗੇ, ਜੇਲ੍ਹ ਛੱਡ ਦੇਣਗੇ, ਪਰ ਜੇਲ੍ਹਾਂ 'ਚ ਵੀ ਲੋਕ ਹੀ ਹੁੰਦੇ ਨੇ, ਕੋਈ ਚੱਕਰ ਨਹੀਂ ਹੈਗਾ, ਖਿੱਚ ਕੇ ਰੱਖਣ ਦੀ ਲੋੜ ਆ ਕੰਮ। ਸਰਕਾਰ ਆਪ ਹੀ ਪ੍ਰੈਸ਼ਰ ਮਹਿਸੂਸ ਕਰ ਰਹੀ ਆ ਤਾਂ ਹੀ ਇਸ ਕਿਸਮ ਦਾ ਦਬਾਅ ਪਾ ਰਹੀ ਆ। 26 ਵਾਲਾ ਪ੍ਰੋਗਰਾਮ ਕਿਸੇ ਲੋਟ ਵੀ ਠੰਡਾ ਮੱਠਾ ਕੀਤਾ ਜਾ ਸਕੇ। ਸੁਪਰੀਮ ਕੋਰਟ ਵਾਲਾ ਤਰੀਕਾ ਵੀ ਇਹੀ ਸੀਗਾ ਕਿ ਸੁਪਰੀਮ ਕੋਰਟ 'ਚ ਮਤਲਬ ਲਿਜਾ ਕੇ ਗੱਲ ਕਮੇਟੀ ਬਣਾ ਕੇ ਠੰਡੇ ਵਾਸਤੇ 'ਚ ਪਾਇਆ ਜਾ ਸਕੇ ਵੀ 2 ਮਹੀਨੇ ਬਾਅਦ ਉਹ ਕਮੇਟੀ ਰਿਪੋਰਟ ਦੇਊਗੀ। ਅੱਜ ਉਹ ਕਮੇਟੀ 'ਚ ਭਵਿੰਦਰ ਮਾਨ ਹੋਰਾਂ ਨੇ ਅਸਤੀਫਾ ਦੇ ਦਿੱਤਾ, ਉਹ ਵੀ ਸਵਾਗਤ ਵਾਲਾ ਕਦਮ ਆ ਕਿ ਬਈ ਆਪ ਇਹ ਲੋਕਾਂ ਤੋਂ ਖਰੀ ਕਰਾਉਣ ਦੀ ਬਜਾਏ ਆਪ ਇਹ ਚਲੋ ਬੰਦਾ ਪਿੱਛੇ ਹਟ ਗਿਆ। ਅਤੇ ਜਿਹੜੀ ਇਹ ਵਾਰ ਵਾਰ ਅੱਜ ਇੱਥੇ ਸਵੇਰ ਤੋਂ ਚੱਲ ਰਹੀ ਆ ਸਟੇਜ, ਕੱਲ੍ਹ ਵੀ ਸਵੇਰ ਤੋਂ ਇਹ ਚੱਲ ਰਿਹਾ ਸੀ, ਪਰਸੋਂ ਦਾ ਵੀ ਇਹ ਰੰਗ ਜਿਹੜਾ ਫੜਿਆ ਹੋਇਆ ਕਿ ਵੀ 26 ਬਾਰੇ ਪਹਿਲਾਂ ਤਾਂ ਕਹਿੰਦੇ ਕੋਈ ਬਿਆਨਬਾਜ਼ੀ ਨਾ ਦਿੱਤੀ ਜਾਵੇ। ਮਤਲਬ ਜੇ ਤੁਸੀਂ 26 ਬਾਰੇ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਕਿਸਮ ਦੀ ਬਿਆਨਬਾਜ਼ੀ ਨਾ ਕੀਤੀ ਆ ਬਈ ਲਾਲ ਕਿਲੇ ਜਾਣਾ, ਤਾਂ ਇਹ ਕਿਸਮ ਦੀ ਬਿਆਨਬਾਜ਼ੀ ਵੀ ਆਪਦੀ ਬੰਦ ਰੱਖੋ ਕਿ ਬਈ ਅਸੀਂ ਸਰਹੱਦ 'ਤੇ ਕਰਨਾ ਕਿੱਥੇ ਕਰਨਾ। ਮਤਲਬ ਤੁਸੀਂ ਟ੍ਰਿਬਿਊਨ 'ਚ ਚਿੱਠੀਆਂ ਲਿਖੀ ਚੱਲੋ ਖੁੱਲ੍ਹੀ ਚਿੱਠੀ ਦੇ ਨਾਂ 'ਤੇ ਕਿਸਾਨਾਂ ਨੂੰ ਯਾਰ ਵੀ ਅਸੀਂ ਇਹ ਕਰਨਾ ਨਹੀਂ ਹੈਗਾ, ਅਤੇ ਸਾਡੇ ਤੋਂ ਉਮੀਦ ਕਰੋ ਜਾਂ ਬਾਕੀ ਕਿਸਾਨ ਲੀਡਰਸ਼ਿਪ ਤੋਂ ਉਮੀਦ ਕਰੋ ਯਾਰ ਜਿਹੜੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰ ਨਹੀਂ ਦੇਣਾ। ਤਾਂ ਬੜਾ ਸਾਫ਼ ਆ ਪੰਜਾਬ ਦੇ ਕਿਸਾਨਾਂ ਦਾ, ਹਰਿਆਣੇ ਦੇ ਕਿਸਾਨਾਂ ਦਾ ਜਿਹੜਾ ਰੋਹ ਆ ਉਹ ਦਿਖ ਰਿਹਾ। ਟਰੈਕਟਰ ਤਿਆਰ ਕੀਤੇ ਜਾ ਰਹੇ ਨੇ ਅਤੇ ਤਿਆਰ ਨੇ, ਅਤੇ ਮਤਲਬ ਪੱਕੀ ਗੱਲ
ਉਹ ਜਦੋਂ ਵੱਡਾ ਬੰਪਰ ਹਟ ਜੇ ਉਹ ਆਪੇ ਰਾਹ ਦੇ ਦੇ। ਮੈਂ ਬਿਲਕੁਲ ਫਿਰ ਠੀਕ ਆ, ਫਿਰ ਅਸੀਂ ਚੁੱਪ ਚੁਪੀਤੇ ਜਾਵਾਂਗੇ, ਸ਼ਾਂਤੀ ਨਾਲ ਜਾਵਾਂਗੇ। ਕੌਣ ਸ਼ਾਂਤੀ ਨਹੀਂ ਚਾਹੁੰਦਾ, ਸਾਰੇ ਸ਼ਾਂਤੀ ਚਾਹੁੰਦੇ ਨੇ। ਮਤਲਬ ਸ਼ਾਂਤੀ ਦੀ ਸ਼ਰਤ ਪਿੱਛੇ ਹਟਣਾ ਨਹੀਂ ਹੁੰਦਾ, ਸ਼ਾਂਤੀ ਦਾ ਮਤਲਬ ਬੁਜ਼ਦਿਲੀ ਨਹੀਂ ਹੁੰਦਾ। ਸ਼ਾਂਤੀ ਬਰਾਬਰੀ ਦੀਆਂ ਧਿਰਾਂ 'ਚ ਉਦੋਂ ਆਉਂਦੀ ਹੁੰਦੀ ਹੈ ਜਦੋਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੁੰਦੇ ਹਾਂ। ਸਾਨੂੰ ਸਾਡਾ ਹੱਕ ਕਲੇਮ ਕਰਨ ਦਿਓ, ਸਾਨੂੰ ਸਾਡਾ ਹੱਕ ਜਿਹੜਾ ਛੱਡ ਦਿੱਤਾ ਜਾਵੇ, ਤਾਂ ਬਿਲਕੁਲ ਸ਼ਾਂਤ ਚ ਦਸਤਾ। ਦਿੱਲੀ ਵੜਨਾ ਕੀ, ਅਸੀਂ ਕੀ ਦੇਣਾ ਦਿੱਲੀ ਤੋਂ, ਅਸੀਂ ਪੰਜਾਬ ਮੁੜ ਜਾਵਾਂਗੇ। 26 ਤੋਂ ਪਹਿਲਾਂ ਪਹਿਲਾਂ ਐਲਾਨ ਕਰਦੇ ਮੋਦੀ ਸਰਕਾਰ, ਪਰ ਜੇ ਮੋਦੀ ਸਰਕਾਰ ਐਲਾਨ ਨਹੀਂ ਕਰਦੀ ਤਾਂ ਜਿਹੜੇ ਵੀ ਲੀਡਰਸ਼ਿਪ ਇਸ ਕਿਸਮ ਦੀ ਬਿਆਨਬਾਜ਼ੀ ਕਰ ਰਹੀ, ਸਾਡੀ ਹੱਥ ਬੰਨ ਕੇ ਉਹਨਾਂ ਨੂੰ ਅਪੀਲ ਆ ਕਿ ਤੁਸੀਂ ਕਿਸਾਨਾਂ ਦੇ ਲੀਡਰ ਹੋ, ਕਿਸਾਨਾਂ ਦੀ ਐਸਪੀਰੇਸ਼ਨ ਪਛਾਣਾ, ਕਿਸਾਨਾਂ ਦੇ ਰੋਹ ਨੂੰ ਪਛਾਣੋ, ਉਹਦੇ ਅਨੁਸਾਰ ਫੈਸਲੇ ਲਓ। ਲੋੜ ਵੀ ਇਹੀ ਆ, ਅਤੇ 26 ਨੂੰ ਜੀ ਸਦਕੇ ਜੇ ਇਹਨੇ ਵੀ ਰੋਕਿਆ ਉਹ ਨਾਲ ਹੀ ਜਾਣਗੇ। ਮਤਲਬ ਇਹ ਸਿਰਫ ਲੀਡਰੀ ਸਟੇਜਾਂ 'ਤੇ ਚੜ੍ਹਨਾ ਨਹੀਂ ਹੁੰਦੀ, ਲੀਡਰੀ ਜਦੋਂ ਲੋਕਾਂ ਦਾ ਰੋਹ ਆ ਉਹਦੇ ਅੱਗੇ ਖੜ੍ਹ ਕੇ ਉਹਦੀ ਅਗਵਾਈ ਕਰਨਾ ਲੀਡਰੀ ਹੁੰਦੀ ਆ। ਅਤੇ ਅਸੀਂ ਉਮੀਦ ਕਰਦੇ ਹਾਂ ਸਾਡੇ ਪੰਜਾਬ ਦੀਆਂ 32 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਤੋਂ ਕਿ ਉਸ ਦਿਨ ਉਹ ਮੂਹਰਲੀਆਂ ਸਫਾਂ 'ਚ ਹੋ ਕੇ ਖੜ੍ਹਨਗੇ। ਅਤੇ 26 ਨੂੰ ਤਾਂ 26 ਤੋਂ ਪਹਿਲਾਂ ਹੋ ਜਾਂਦਾ, ਪਹਿਲਾਂ ਜਦੋਂ ਵੀ ਉਹ ਤੈਅ ਕਰਦੇ ਨੇ ਉਸ ਦਿਨ ਆਪਾਂ ਅੱਗੇ ਜਾਣਾ। ਜਿਹੜੀ ਕਿਸਾਨ ਪਰੇਡ ਆ ਉਹ ਦਿੱਲੀ 'ਚ ਹੋਊਗੀ, ਕਿ ਪਿੱਛੇ ਹਟਣ ਦੀ ਕੋਈ ਕੋਸ਼ਿਸ਼ ਨਾ ਕਰੀ ਜਾਵੇ, ਚੰਗੀ ਗੱਲ ਆ। ਨੌਜਵਾਨਾਂ ਦੇ ਰੋਹ ਨੂੰ ਸਮਝੋ, ਉਮੀਦ ਕਰਦੇ ਹਾਂ ਸਮਝੋਗੇ। ਅਤੇ 26 ਨੂੰ ਮਤਲਬ ਜਿਹੜਾ ਦਿੱਲੀ ਸਾਡਾ ਪਹੁੰਚਣ ਦਾ ਸੁਪਨਾ ਉਹ ਪੂਰਾ ਹੋਊਗਾ, ਅਤੇ ਜਿਹੜਾ ਸਾਡਾ ਸੰਘਰਸ਼ ਆ ਹੋਰ ਬੁਲੰਦੀਆਂ 'ਤੇ ਜਾਊਗਾ, ਅਤੇ ਉਮੀਦ ਕਰਦੇ ਛੇਤੀ ਜਿੱਤ ਵੀ ਪ੍ਰਾਪਤ ਕਰੂਗਾ। ਇਨਕਲਾਬ ਜ਼ਿੰਦਾਬਾਦ, ਲੜਦੇ ਲੋਕ ਜ਼ਿੰਦਾਬਾਦ।